सत श्री अकाल जी, तुसी देख रहे हो विनिंग पंजाब दा स्पैशल प्रोग्राम जिहदे विच असीं चर्चा करदे आं उन्हां वड्डियां खबरां दी जो बणदियां ने मुद्दा। सो अज इक खबर बणी आ मुद्दा ते उन्हां खबरां दे उत्ते चर्चा करांगे असीं। ते सब तो पहला चर्चा करांगे कि अमरिंदर सिंह वल्लों केंद्र दे किहड़े फैसले दा विरोध किया गया ते नाल दी नाल चर्चा करांगे अरविंद केजरीवाल वल्लों ऐलान किया गया ते जिस तो बाद चर्चा करांगे लॉरेंस बिश्नोई नूं लैके कि की खुलासे उहदे वल्लों किए गए ने। चर्चा करन दे लई साडे नाल मौजूद ने सियासी माहर ते सिख विद्वान प्रीतम सिंह खानपुर वड़िंग जी। सो सब तो पहला स्वागत करदे आ उहनां दा। ਵਰਿੰਗ ਸਾਹਿਬ ਸਵਾਗਤ ਹੈ ਜੀ ਤੁਹਾਡਾ। ਆਜ਼ਾਦ ਜੀ, ਮੈਂ ਵਿਨਿੰਗ ਪ੍ਰੋਗਰਾਮ ਦੇਖ ਰਹੇ ਸਮੁੱਚੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰ, ਸਭ ਤੋਂ ਪਹਿਲਾਂ ਅਸੀਂ ਖਬਰ ਲੈਂਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਵੱਲੋਂ ਉਸ ਫੈਸਲੇ ਦਾ ਵਿਰੋਧ ਕੀਤਾ ਗਿਆ ਕੇਂਦਰ ਦੇ, ਉਹ ਜੋ ਕੇਂਦਰ ਨੇ ਫੈਸਲਾ ਕੀਤਾ ਫੌਜ ਦੀ ਭਰਤੀ ਕੀਤੀ ਜਾਣੀ ਹੈ, ਇੱਕ ਅਗਨੀਪਥ ਸਕੀਮ ਆ ਉਹਨਾਂ ਵੱਲੋਂ ਲਾਂਚ ਕੀਤੀ ਗਈ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਸਕੀਮ ਹੈ ਜੋ ਉਹਦੇ ਜੋ ਸਾਡੇ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇਹ ਜੋ ਭਰਤੀ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਸਰਕਾਰ ਵੱਲੋਂ ਕੀ ਕਰਨ ਦਾ ਐਲਾਨ ਕੀਤਾ ਗਿਆ ਅਤੇ ਕਿਸ ਤਰੀਕੇ ਦੀ ਇਹ ਭਰਤੀ ਪ੍ਰਕਿਰਿਆ ਹੈਗੀ ਆ ਜੋ ਫੌਜ ਦੇ ਵਿੱਚ ਹੈ। ਆਜ਼ਾਦ ਜੀ, ਜੋ ਸੈਂਟਰ ਗੌਰਮੈਂਟ ਨੇ ਇਹ ਨਵੀਂ ਸਕੀਮ ਅਗਨੀਪਥ ਸ਼ੁਰੂ ਕੀਤੀ ਹੈ, ਮੈਂ ਸਮਝਦਾ ਹਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀਆਂ ਤਿੰਨੇ ਸੈਨਾ, ਜਲ ਸੈਨਾ, ਥਲ ਸੈਨਾ ਅਤੇ ਏਅਰਫੋਰਸ, ਇਹਨਾਂ ਵਿੱਚ ਜੋ ਭਰਤੀ ਹੁੰਦੀ ਸੀ ਜਾਂ ਉਹ ਕਮਿਸ਼ਨ ਥਰੂ ਹੁੰਦੀ ਸੀ, ਜਿਹੜੇ ਕੁਆਲੀਫਾਈ ਕਰਦੇ ਸੀ ਜਾਂ ਫਿਟਨੈਸ ਦੇ ਉੱਤੇ ਹੁੰਦੇ ਸੀ ਫਿਜੀ ਤੌਰ ਦੇ ਹੁੰਦੇ, ਆਹ ਮੈਂ ਪਹਿਲੀ ਵਾਰ ਦੇਖਿਆ ਕਿ ਫੌਜ ਦੇ ਵਿੱਚ ਵੀ ਠੇਕੇ ਦੇ ਉੱਤੇ ਭਰਤੀ ਕੀਤੀ ਜਾ ਰਹੀ। ਕੈਪਟਨ ਅਮਰਿੰਦਰ ਸਿੰਘ ਇੱਕ ਸਾਬਕਾ ਫੌਜੀ ਨੇ, ਕੈਪਟਨ ਤਾਰੀ, ਉਹਨਾਂ ਨੂੰ ਪਤਾ ਹੈ ਕਿ ਠੇਕੇ ਦੇ ਉੱਤੇ ਜਿਹੜੀ ਭਰਤੀ ਹੁੰਦੀ ਹੈ ਉਹ ਠੇਕੇ ਦੇ ਬੰਦੇ ਜੋ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਜੋ ਤਨਖਾਹ ਮਿਲਦੀ ਆ ਉਹਨਾਂ ਦਾ ਉਹਦੇ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਅਤੇ ਨਾਲੇ ਉਹਨਾਂ ਦੇ ਸਿਰ 'ਤੇ ਤਲਵਾਰ ਲੱਗਦੀ ਰਹਿੰਦੀ ਹੈ ਕਿ ਭਰਤੀ ਅਸੀਂ ਕਹਿੰਦੇ 4 ਸਾਲ ਵਾਸਤੇ ਕਰਨੀ ਹੈ, 4 ਸਾਲ ਤੋਂ ਬਾਅਦ ਇਹਨਾਂ ਦੇ ਵਿੱਚੋਂ 25% ਜਿਹੜੇ ਬੰਦੇ ਨੇ ਉਹ ਫੌਜ ਵਿੱਚ ਜਾਂ ਮਿਲਟਾ ਦੂਜਾ ਥਲ ਫੌਜ ਵਿੱਚ ਜਾਂ ਨੇਵੀ ਵਿੱਚ ਜਾਂ ਏਅਰਫੋਰਸ ਦੇ ਵਿੱਚ ਲਵਾਂਗੇ। ਪਰ ਇਹ ਮਾੜੀ ਗੱਲ, ਕਿਉਂਕਿ ਜਦੋਂ ਅਸੀਂ ਕਿਸੇ ਜਵਾਨ ਨੂੰ, ਪੰਜਾਬੀ ਨੂੰ ਜਾਂ ਹਿੰਦੁਸਤਾਨੀ ਨੂੰ ਫੌਜ ਵਿੱਚ ਭਰਤੀ ਕਰਦੇ ਹਾਂ ਤਾਂ ਉਹਨੂੰ ਅਸੀਂ ਫਿਜੀਕਲ ਟੈਸਟ ਲੈ ਕੇ ਉਹਦੀ ਯੋਗਤਾ ਮੁਤਾਬਕ ਭਰਤੀ ਕਰਦੇ ਹਾਂ। ਇਹ ਜਿਹੜੀ ਹੈ ਇਹ ਨਵੀਂ ਕਿਰਤ ਹੈ ਜੇ ਦੇਸ਼ ਦੀ ਡਿਫੈਂਸ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ ਇਹ ਕਾਰਗਰ ਸਿੱਧ ਨਹੀਂ ਹੋਏਗੀ। ਜੋ ਭਰਤੀ ਦੀ ਪਿਛਲੀ ਨੀਤੀ ਚੱਲ ਰਹੀ ਸੀ 1947 ਤੋਂ ਬਾਅਦ ਦੇਸ਼ ਆਜ਼ਾਦ ਹੋਣ ਦੇ, ਉਹ ਵਧੀਆ ਨੀਤੀ ਸੀ, ਉਹਦੇ ਵਿੱਚ ਅਮੈਂਡਮੈਂਟ ਕੋਈ ਹੋਰ ਕੀਤੀ ਜਾ ਸਕਦੀ ਹੈ, ਕੋਈ ਐਜੂਕੇਸ਼ਨ ਬਾਰੇ, ਕੋਈ ਸਰੀਰਕ ਸਿੱਖਿਆ ਬਾਰੇ, ਇਹ ਅਲੱਗ ਅਲੱਗ ਜਿੱਦਾਂ ਸਿੱਖ ਅਰੇਂਜਮੈਂਟ ਹੁੰਦੀ ਸੀ, ਡੋਗਰਾ ਅਰੇਂਜਮੈਂਟ ਹੁੰਦੀ ਸੀ, ਰਾਜਪੂਤ ਅਰੇਂਜਮੈਂਟ ਹੁੰਦੀ ਸੀ, ਜਾਟ ਅਰੇਂਜਮੈਂਟ, ਉੱਦਾਂ ਦੀ ਕੀਤੀ ਜਾਵੇ। ਪਰ ਇਹ ਠੇਕੇ ਦੇ ਉੱਤੇ ਆਪਾਂ ਠੇਕੇ ਬਾਕੀ ਮਹਿਕਮਿਆਂ ਦੇ ਵਿੱਚ ਤਾਂ ਦੇਖੇ ਨੇ ਵੀ ਕਲਰਕ ਠੇਕੇ 'ਤੇ ਰੱਖ ਲਏ ਜਾਂ ਕੋਈ FCI 'ਚ ਰੱਖ ਲਏ, ਜੀ। ਸੋ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਫੌਜੀ ਵੀ ਠੇਕੇ 'ਤੇ ਭਰਤੀ ਕੀਤੇ ਜਾਣ ਜੀ। ਸੋ ਇਹਦੇ ਵਿੱਚ ਇੱਕ ਇਹ ਵੀ ਦੇਖਣ ਨੂੰ ਮਿਲਿਆ ਕਿ 80ਵੇਂ ਦਹਾਕੇ ਦੇ ਵਿੱਚ ਇਸ ਤਰੀਕੇ ਦੀ ਜੋ ਭਰਤੀ ਪ੍ਰਕਿਰਿਆ ਆ ਉਹਦੇ ਲਈ ਵੀ ਜੋ ਕਵਾਇਤ ਆ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸਦਾ ਵਿਰੋਧ ਵੀ ਹੋਇਆ ਸੀ। ਬਿਲਕੁਲ, ਉਹ ਵਿਰੋਧ ਸਹੀ ਹੋਇਆ ਸੀਗਾ ਅਤੇ ਵਿਰੋਧ ਹੋਣਾ ਵੀ ਚਾਹੀਦਾ, ਹੁਣ ਵੀ ਵਿਰੋਧ ਹੋਏਗਾ ਜੀ ਜੀ, ਕਿਉਂਕਿ ਇਹ ਦੇਸ਼ ਦੇ ਡਿਫੈਂਸ ਵਾਸਤੇ, ਦੇਸ਼ ਦੀ ਰਾਖੀ ਵਾਸਤੇ, ਦੇਸ਼ ਦੇ ਹਿੱਤਾਂ ਵਾਸਤੇ ਅਤੇ ਆਪਣੇ ਪੰਜਾਬੀ ਨੌਜਵਾਨਾਂ ਵਾਸਤੇ ਵੀ ਫਾਇਦੇ ਦੀ ਗੱਲ ਹੈ ਜੀ। ਅਤੇ ਇਸ ਤੋਂ ਇਲਾਵਾ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਅਗਲੀ ਖਬਰ ਹੈ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚੇ ਸੀ, ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਦੱਸਦੇ ਹਾਂ। ਉਹਨਾਂ ਵੱਲੋਂ ਗੈਂਗਸਟਰਵਾਦ ਦਾ ਖਾਤਮਾ ਕਰਨ ਦਾ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਜੋ ਖਾਤਮਾ ਕੀਤਾ ਗਿਆ, ਜੋ ਪੁਰਾਣੀ ਸਰਕਾਰਾਂ ਨੇ ਉਹਨਾਂ ਵੱਲੋਂ ਹੀ ਜਨਮ ਹੈ ਜੋ ਉਹ ਗੈਂਗਸਟਰਵਾਦ ਨੂੰ ਦਿੱਤਾ ਗਿਆ ਸੀ, ਅਤੇ ਉਹ ਇਹ ਦਾਅਵਾ ਕਰਦੇ ਹੋਏ ਨਜ਼ਰ ਆਏ ਨੇ ਕਿ ਗੈਂਗਸਟਰ ਨੇ ਜੋ ਉਹਨਾਂ ਦੀ ਸਰਕਾਰ ਦੇ ਆਉਣ ਤੋਂ ਬਾਅਦ, ਹਵਾਲਾ ਉਹਨਾਂ ਵੱਲੋਂ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਦਾ, ਕਿਉਂਕਿ ਕੱਲ੍ਹ ਹੀ ਜੋ ਪੰਜਾਬ ਪੁਲਿਸ ਹੈ ਉਹ ਲੈ ਕੇ ਆਈ ਹੈ, ਸਪੁਰਦਗੀ ਸੌਂਪੀ ਗਈ ਹੈ ਕੱਲ੍ਹ ਦਿੱਲੀ ਜੋ ਹਾਈ ਕੋਰਟ ਵੱਲੋਂ, ਅਤੇ ਉਹ ਹਵਾਲਾ ਦਿੰਦੇ ਨੇ ਲਾਰੈਂਸ ਬਿਸ਼ਨੋਈ ਦਾ ਕਿ ਅਸੀਂ ਹੁਣ ਗੈਂਗਸਟਰ ਨੇ ਜੋ ਉਹ ਪੰਜਾਬ 'ਚੋਂ ਖਤਮ ਕਰ ਰਹੇ ਹਾਂ, ਅਤੇ ਜੋ ਗੈਂਗਸਟਰਵਾਦ ਹੈ ਉਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਸੋ ਕਿਵੇਂ ਦੇਖ ਰਹੇ ਹੋ ਸਭ ਨੂੰ?
आजाद जी देखो मैं एक खबर पढ़ के बड़ा हैरान होया जी। वो कहते को ना चली बाबा तिहाई जी। इन्हां दी सरकार दे विच किन्ने नौजवान इस कार्य का शिकार हो चुके ने, चाहे वह कबड्डी खिडारी होवे, चाहे वह सिद्धू मूसेवाला होवे, होर भी बहुत नाम ने जी बिल्कुल। पर अजे इन्हां ने सिर्फ जो बिश्नोई सीगा लास बिश्नोई वो दिल्ली की तिहाड़ जेल दे विच सी, उन्हों लियांदा है जेल चो फड़िया, उन्हों कोई इन्हां ने बाहरों नहीं फड़िया, बाहरों कितने गिरफ्तार करे, कोई बाहरों कितों फड़ के गिरफ्तार करे। बाकी जो सिट बनी हैगी है जे है वो एजेंसियां लगिया हुई ने, अजे तो गैंगस्टार पंजाब दे विच इक नहीं हैगा, एक गैंग स्टार जिहड़े ने क्यों बनते ने, इहदे विच सरकार का भी बहुत बड़ा रोल होंदा है, क्योंकि सरकार एक इन्हां नूं रुजगार नहीं दे सकदियां, बेला पण नशियां दे विच लग के ये लोग गलत रस्ते पै जांदे ने, जिहड़े एक दूजे की जान के दुश्मन बन जाते हैं। जे कोई कलाकार जे कोई बिजनेसमैन या हो जिहदा कम चंगा चलता होवे ਉਹਨੂੰ ਫਿਰ ਇਹ ਫਰੌਤੀ ਵਾਸਤੇ ਮਜਬੂਰ ਕਰਦੇ ਨੇ ਵੀ ਮੈਨੂੰ ਇੰਨੇ ਪੈਸੇ ਦਿਓ, ਇੰਨੇ ਪੈਸੇ ਦਿਓ, ਕਿਉਂ ਅਨਪੜ੍ਹ ਮਤਲਬ ਬੇਰੁਜ਼ਗਾਰ ਨੇ, ਇਹਨਾਂ ਨੇ ਪੈਸਾ ਇਕੱਠਾ ਕਰਨਾ। ਵੜਿੰਗ ਸਾਹਿਬ ਕੀ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਸਰਕਾਰਾਂ ਆਪਸ ਦੇ ਵਿੱਚ ਤਾਲਮੇਲ ਕਰਕੇ ਚੱਲਦੀਆਂ ਨੇ ਗੈਂਗਸਟਰ ਦੇ ਨਾਲ? ਬਿਲਕੁਲ ਬਿਲਕੁਲ ਰਜਾਜ ਜੀ, ਜੋ ਸਰਕਾਰਾਂ ਨੇ ਪੋਲੀਟੀਕਲ ਬੰਦੇ ਨੇ ਇਹ ਗੈਂਗਸਟਰ ਇਹਨਾਂ ਦੇ ਹੰਕਾ ਪਾਲੇ ਹੁੰਦੇ ਨੇ, ਉਹਨਾਂ ਤੋਂ ਇਹ ਇਲੈਕਸ਼ਨਾਂ ਦੇ ਵਿੱਚ ਕੰਮ ਲੈਂਦੇ ਨੇ। ਜਦੋਂ ਕਹਿੰਦੇ ਮੇਰੇ ਨਾਲ 50 ਬੰਦੇ ਇੱਦਾਂ ਦੇ ਨੇ, ਜੇ ਕੋਈ ਬੰਦਾ ਓਪੋਜੀਸ਼ਨ ਦਾ ਪੁੱਟੂਗਾ ਅਸੀਂ ਉਹਨੂੰ ਇੱਦਾਂ ਕਰ ਦਾਂਗੇ, ਇੱਦਾਂ ਕਰ ਦਾਂਗੇ, ਅਰੇ ਹੁੰਦਾ ਆਇਆ। ਇਹ ਸਾਰੀਆਂ ਪਾਰਟੀਆਂ ਨੇ, ਸਿਆਸੀ ਪਾਰਟੀਆਂ, ਇਹਨਾਂ ਨੂੰ ਇਹ ਛੱਤ ਜੇ ਗੈਂਗਸਟਰਾਂ ਦੇ ਉੱਤੇ ਇਹਨਾਂ ਦੀ ਛੱਤਰੀ ਹੁੰਦੀ ਹੈ, ਉਹਦੀ ਇਹ ਲੁਕਵੇਂ ਤਰੀਕੇ ਨਾਲ ਸਪੋਰਟ ਕਰਦੇ ਨੇ, ਆਪ ਨੰਗੇ ਵੀ ਨਹੀਂ ਹੁੰਦੇ ਹੈਗੇ। ਇਸ ਲਈ ਇਸ ਬਤਾਰੇ ਦੇ ਵਿੱਚ ਮਾਵਾਂ ਦੇ ਨੌਜਵਾਨ ਪੁੱਤ ਨੇ ਜਿਹੜੇ ਉਹ ਇਸ ਪਾਸੇ ਲੈ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ। ਜਦੋਂ ਇੱਕ ਵਾਰ ਬੰਦਾ ਇਸ ਪਾਸੇ ਪੈ ਜੇ ਉਹਨੂੰ ਪਿੱਛੇ ਮੁੜਨਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹਦਾ ਫਿਰ ਰਾਸਤਾ ਇੱਕੇ ਹੁੰਦਾ, ਗੋਲੀ ਹੁੰਦੀ ਹੈ ਜਾਂ ਪੁਲਿਸ ਦਾ ਸ਼ਿਕਾਰ ਹੁੰਦਾ ਜਾਂ ਜੇਲ੍ਹਾਂ ਦੇ ਵਿੱਚ ਬੈਠਦੇ ਨੇ। ਜੇ ਇਹਨਾਂ ਨੂੰ ਸਹੀ ਗਾਈਡ ਕੀਤਾ ਜਾਵੇ ਇਸ ਪਾਸੇ ਇਹਨਾਂ ਦਾ ਬਚਾਅ ਕੀਤਾ ਜਾ ਸਕਦਾ ਹੈ। ਅਜੇ ਇਹ ਜੋ ਕਹਿ ਰਹੇ ਨੇ ਕੇਜਰੀਵਾਲ ਕੇ ਕੰਟਰੋਲ ਕਰ ਰਿਹਾ, ਬਿਲਕੁਲ ਕੋਈ ਕੰਟਰੋਲ ਨਹੀਂ ਕੀਤਾ। ਕੰਟਰੋਲ ਤਾਂ ਉਦੋਂ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਸ਼ਾਂਤੀ ਹੋਏਗਾ, ਹਰ ਬੰਦਾ ਆਪਣੀ ਇੱਜ਼ਤ ਨਾਲ ਸਤਿਕਾਰ ਨਾਲ ਆਪਣੇ ਘਰੋਂ ਜਾ ਸਕੇਗਾ ਅਤੇ ਆਪਣੇ ਘਰ ਆ ਸਕੇਗਾ, ਆਪਣਾ ਕਾਰੋਬਾਰ ਵਧੀਆ ਕਰ ਸਕੇਗਾ। ਅਜੇ ਤਾਂ ਇਹ ਸਿਰਫ ਬਿਸ਼ਨੋਈ ਨੂੰ ਇੱਥੇ ਲਿਆ ਕੇ ਇੰਨੀ ਗਰੰਟੀ ਨਾ ਲੈਣ ਕਿ ਅਸੀਂ ਇਹਨੂੰ ਗੈਂਗਸਟਰ ਨੂੰ ਕਾਬੂ ਕਰ ਲਏ। ਤੁਸੀਂ ਗੱਲ ਕਹੀ ਹੈ ਜੀ ਕਿ ਮਿਲੀ ਭੁਗਤ ਹੁੰਦੀ ਹੈ ਗੈਂਗਸਟਰਾਂ ਦੇ ਨਾਲ, ਜੋ ਅੰਡਰਵਰਲਡ ਹੈ ਉਹਦੇ ਨਾਲ ਜੋ ਤਾਲਮੇਲ ਕਰਕੇ ਚੱਲਦੀਆਂ ਨੇ ਸਰਕਾਰਾਂ, ਸੋ ਕਿਸ ਤਰ੍ਹਾਂ ਦੀਆਂ ਜੋ ਗਤੀਵਿਧੀਆਂ ਨੇ ਆਪਾਂ ਕਹਿ ਸਕਦੇ ਹਾਂ, ਜੇਕਰ ਜ਼ਿੰਮੇਵਾਰੀ ਦੀ ਗੱਲ ਹੋਵੇ, ਕਿਸ ਤਰ੍ਹਾਂ ਦੀ ਜ਼ਿੰਮੇਵਾਰੀਆਂ ਉਹ ਗੈਂਗਸਟਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਸਰਕਾਰਾਂ ਵੱਲੋਂ, ਜਾਂ ਫਿਰ ਜੇਕਰ ਸਰਕਾਰਾਂ ਗੈਂਗਸਟਰਵਾਦ ਨੂੰ ਪਾਲ ਰਹੀਆਂ ਨੇ, ਉਹਨਾਂ ਨੂੰ ਜੋ ਸੰਰਕਸ਼ਣ ਦੇ ਰਹੀਆਂ ਨੇ, ਤਾਂ ਫਿਰ ਗੈਂਗਸਟਰ ਸਰਕਾਰਾਂ ਤੋਂ ਕਿਸ ਤਰੀਕੇ ਦੀ ਉਮੀਦ ਕਰਦੇ ਨੇ? ਦੇਖੋ ਜਦੋਂ ਕੋਈ ਬੰਦਾ ਜੀ ਗਲਤ ਪਾਸੇ ਪੈ ਜਾਂਦਾ ਹੈ, ਉਹਦੇ ਪਿੱਛੇ ਪੁਲਿਸ ਲੱਗ ਜਾਂਦੀ ਹੈ, ਉਹ ਕ੍ਰਾਈਮ ਦੀ ਦੁਨੀਆ ਚਲੇ ਜਾਂਦਾ, ਉਹਨੂੰ ਪਿੱਛੇ ਮੁੜਨਾ ਬੜਾ ਮੁਸ਼ਕਲ ਹੋ ਜਾਂਦਾ ਜੀ, ਕਿਉਂਕਿ ਸਰਕਾਰਾਂ ਫਿਰ ਉਹਨੂੰ ਟੋਰਚਰ ਦੀਆਂ, ਕਿਤੇ ਕੋਈ ਲੜਾਈ ਝਗੜਾ ਕਿਤੇ ਲੁੱਟ ਖੋਹ ਹੋਵੇ, ਇੱਕ ਵਾਰ ਤੁਹਾਡੇ ਖਿਲਾਫ਼ ਐਫ ਆਈ ਆਰ ਦਰਜ ਹੋਗੀ, ਪੁਲਿਸ ਨੇ ਫਟਾਫਟ ਕਹਿਣਾ ਜੇ ਫਲਾਣੇ ਨੂੰ ਚੱਕ ਕੇ ਲਿਆਓ, ਉਹ ਬੰਦਾ ਕ੍ਰਾਈਮ, ਉਹ ਇਸ ਤੋਂ ਡਰਦਾ ਮਾਰਾ ਆਪਣਾ ਘਰ ਬਾਰ ਛੱਡ ਜਾਂਦਾ, ਘਰ ਬਾਰ ਛੱਡ ਕੇ ਆਪਣਾ ਕਿਤੇ ਲੁੱਕ ਜਾਂਦਾ, ਫਿਰ ਇਹੀ ਜਿਹੀ ਵਾਰਦਾਤਾਂ ਕਰਦਾ ਜਿਹਨੂੰ ਸਰਕਾਰਾਂ ਵੀ ਵਰਤਦੀਆਂ ਨੇ ਇਲੈਕਸ਼ਨਾਂ ਦੇ ਵਿੱਚ ਦੂਜੀ ਪਾਰਟੀ ਨੂੰ ਦਬਾਉਣ ਵਾਸਤੇ, ਦੂਜੀ ਪਾਰਟੀ ਨੂੰ ਡਰਾਉਣ ਵਾਸਤੇ, ਦੂਜੀ ਪਾਰਟੀ ਦੇ ਉੱਤੇ ਆਪਣਾ ਦਬਦਬਾ ਰੱਖਣ ਵਾਸਤੇ ਇਹ ਗੈਂਗਸਟਰ ਨੂੰ ਪਾਲਦੇ। ਜਦੋਂ ਇਹਨਾਂ ਦਾ ਕੰਮ ਨਿਕਲਿਆ ਹੁੰਦਾ ਫਿਰ ਉਹਨਾਂ ਗੈਂਗਸਟਰਾਂ ਨੂੰ ਇਹ ਮਰਵਾ ਦਿੰਦੀਆਂ ਨੇ, ਉਹਨਾਂ ਨੂੰ ਵਰਤਦੀਆਂ ਨੇ, ਇਹੀ ਇਹਨਾਂ ਦੀ ਪੌਲਿਸੀ। ਜਦ ਤੱਕ ਸਾਡੇ ਵਿੱਚ ਨੈਸ਼ਨਲ ਉਹ ਨਹੀਂ ਪੈਦਾ ਹੋਏਗਾ, ਜਦ ਤੱਕ ਸਾਡਾ ਦੇਸ਼ ਸਾਡਾ ਪੰਜਾਬ ਇਸ ਗੈਂਗਸਟਰ ਤੋਂ ਨਹੀਂ ਬਚ ਸਕਦਾ, ਦੂਜੇ ਦੇ ਪੁੱਤ ਨੂੰ ਆਪਣਾ ਪੁੱਤ ਸਮਝਣ, ਆਪਣਾ ਧੀ ਸਮਝਣ, ਤਾਂ ਕਿ ਉਹਨੂੰ ਉਹ ਸਹੀ ਰਸਤੇ ਦੇ ਪਾਉਣ, ਉਹਨੂੰ ਗਲਤ ਪਾਸੇ ਨਾ ਬੰਨ੍ਹਣ ਜੀ। ਗੱਲ ਗੈਂਗਸਟਰਵਾਦ ਦੀ ਚੱਲੀ ਹੈ ਜੀ, ਗੱਲ ਕਰਦੇ ਹਾਂ ਉਸ ਬਦਨਾਮ ਗੈਂਗਸਟਰ ਦੀ, ਲਾਰੈਂਸ ਬਿਸ਼ਨੋਈ ਦੀ, ਜਿਹਨੂੰ ਕੱਲ੍ਹ ਪੰਜਾਬ ਪੁਲਿਸ ਜੋ ਟ੍ਰਾਂਜਿਟ ਰਿਮਾਂਡ 'ਤੇ ਲੈ ਕੇ ਗਈ ਹੈ, 7 ਦਿਨਾਂ ਦਾ ਇਹ ਰਿਮਾਂਡ ਦੱਸਿਆ ਜਾ ਰਿਹਾ। ਅੱਜ CIA ਸਟਾਫ ਹੈੱਡਕੁਆਟਰ ਖਰੜ ਦੇ ਵਿੱਚ ਉਹਦੇ ਵੱਲੋਂ, ਲਾਰੈਂਸ ਬਿਸ਼ਨੋਈ ਵੱਲੋਂ, ਪੁੱਛ ਪੜਤਾਲ ਜਾਰੀ ਹੈ, ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ।
ਕਿਵੇਂ ਦੇਖ ਰਹੇ ਹੋ ਕਿ ਲਾਰੈਂਸ ਬਿਸ਼ਨੋਈ ਲੱਗਦਾ ਹੈ, ਕਿਉਂਕਿ ਜੋ ਪੋਸਟਾਂ ਵਾਇਰਲ ਹੋਈਆਂ ਸੀ ਫੇਸਬੁੱਕ ਦੇ ਉੱਤੇ, ਉਹਨਾਂ ਪੋਸਟਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਸੀ ਸਿੱਧੂ ਮੂਸੇਵਾਲਾ ਦੇ ਮਾਮਲੇ ਦੀ। ਸੋ ਲੱਗਦਾ ਕਿ ਲਾਰੈਂਸ ਬਿਸ਼ਨੋਈ ਮੂੰਹ ਖੋਲੂਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਕੇਸ ਦਰਜ ਨੇ ਅਤੇ ਲਗਾਤਾਰ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਅਤੇ 17 ਕੇਸ ਇਕੱਲੇ ਪੰਜਾਬ ਤੋਂ ਹੀ ਉਹਦੇ ਉੱਤੇ ਦਰਜ ਨੇ, ਅਤੇ ਲੱਗ ਰਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਮੂੰਹ ਖੋਲ ਸਕਦਾ, ਖੁਲਾਸਾ ਕਰ ਸਕਦਾ। ਦੇਖੋ ਆਜ਼ਾਦ ਜੀ, ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਦੇ ਉੱਤੋਂ ਸਿੱਧੂ ਮੂਸੇਵਾਲ ਦੀ ਮੌਤ ਤੋਂ ਦੂਜੇ ਦਿਨ ਬਾਅਦ ਜ਼ਿੰਮੇਵਾਰੀ ਲਈ ਸੀ ਕਿ ਇਹਨੂੰ ਮੂਸੇਵਾਲ ਨੂੰ ਸਾਡੇ ਗਰੁੱਪ ਨੇ ਮਾਰਿਆ, ਕਿਉਂਕਿ ਮੂਸੇਵਾਲ ਨੇ ਸਾਡਾ ਬਿੱਟੂ ਸੀ ਜਿਹੜਾ ਅਕਾਲੀ ਦਲ ਦਾ ਯੂਥ ਦਾ ਸੀਗਾ, ਉਸ ਦਾ ਕਤਲ ਕਰਾਇਆ ਸੀ। ਵਿੱਕੀ ਵਿੱਕੀ ਬਿੱਟੂ ਖੇੜਾ ਜਦੋਂ ਕਿ ਉਹਦੇ ਫਾਦਰ ਨੇ ਇਹ ਗੱਲ ਕਹੀ ਹੈ ਕਿ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਸੀ ਨਹੀਂ ਸੀ ਤੇ ਨਾ ਕਿਸੇ ਨਾਲ ਸਾਡਾ ਵੈਰ ਸੀ, ਮੇਰਾ ਲੜਕਾ ਤਾਂ ਬਿਲਕੁਲ ਜੋ ਪ੍ਰੋਗਰਾਮ ਕਰਦਾ ਸੀਗਾ ਉਹ ਪ੍ਰੋਗਰਾਮ ਕਰਦਾ ਕਿਸੇ ਨਾਲ, ਪਰ ਉਹਨਾਂ ਦੇ ਕੋਲ ਫਰੌਤੀਆਂ ਦੇ ਫੋਨ ਜਾਂਦੇ ਰਹਿੰਦੇ ਸਨ ਜਿਹੜੇ ਕਿ ਉਹ ਇਗਨੋਰ ਕਰਦੇ ਰਹਿੰਦੇ ਸਨ ਬਈ, ਕਿਉਂਕਿ ਉਹ ਕਹਿੰਦੇ ਸੀ ਵੀ ਜੇ ਸਾਨੂੰ ਕੋਈ ਮਾਰਨਾ ਹੈ ਸਾਡੇ ਕੋਲ ਵੀ ਸਭ ਕੁਛ ਹੈ। ਪਰ ਜਿਹੜੇ ਗੈਂਗਸਟਰ ਨੇ ਇਹਨਾਂ ਦੀਆਂ ਬਾਹਾਂ ਬੜੀਆਂ ਲੰਬੀਆਂ ਹੁੰਦੀਆਂ ਨੇ, ਇਹਨਾਂ ਦੇ ਸੋਰਸਿਸ ਬਹੁਤ ਹੁੰਦੇ ਨੇ, ਇਹ ਜੇਲ੍ਹ ਦੇ ਵਿੱਚ ਹੀ ਬੈਠ ਕੇ ਜਿਹੜੇ ਬੰਦੇ ਕ੍ਰਾਈਮ ਦੀ ਦੁਨੀਆ ਵਿੱਚ ਪਏ ਹੋਏ ਨੇ, ਚਾਹੇ ਉਹ ਬੰਬੇ ਬੈਠਿਆ, ਚਾਹੇ ਕਲਕੱਤੇ ਬੈਠਿਆ, ਚਾਹੇ ਰਾਜਸਥਾਨ ਬੈਠਿਆ, ਜਿੱਥੇ ਹੀ ਬੈਠਿਆ ਉਹਨੂੰ ਉੱਥੇ ਹੀ ਕਾਲ ਕਰਕੇ ਫਰੌਤੀ ਦੇ ਪੈਸੇ ਦਾ ਲਾਲਚ ਦੇ ਕੇ ਉਦੋਂ ਇਹ ਕੰਮ ਕਰਾਉਂਦੇ ਨੇ। ਇਸੇ ਤਰ੍ਹਾਂ ਜੋ ਹੈ ਇਹ ਜਿਹੜਾ ਮਰਡਰ ਹੋਇਆ ਇਹ ਸਾਰਾ ਹੀ ਇੱਕ ਸਪਾਰੀ ਦੇ ਉਸ 'ਤੇ ਹੋਇਆ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ। ਸਰ ਕਿਵੇਂ ਦੇਖ ਰਹੇ ਹੋ, ਵੜਿੰਗ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਇਹ ਮਾਮਲਾ ਹੈ ਜੋ ਉਹਦੇ ਪਿੱਛੇ ਦੇ ਜਿਹੜੇ ਜੋ ਚਲੋ ਮੰਨਦੇ ਹਾਂ ਕਿ ਇਹਨਾਂ ਵੱਲੋਂ ਸਪਾਰੀ ਲਈ ਗਈ ਹੈ, ਪਰ ਖੁਲਾਸੇ ਆ ਜੋ ਉਹ ਲਾਰੈਂਸ ਬਿਸ਼ਨੋਈ ਵੱਲੋਂ ਹੀ ਕਰਨੇ ਆ, ਪਰ ਇਸ ਚੀਜ਼ ਦਾ ਤਾਂ ਇੰਤਜ਼ਾਰ ਸਭ ਨੂੰ ਹੈ। ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਵੀ ਬਹੁਤ ਹੈ, ਬਹੁਤ ਸਾਰੇ ਉਹਦੇ ਸਮਰਥਕ ਰਹੇ ਨੇ, ਬੇਸ਼ੱਕ ਉਹ ਪੰਜਾਬ ਕਾਂਗਰਸ ਤੋਂ ਚੋਣਾਂ ਹਾਰ ਜਾਂਦੇ ਨੇ, ਪਰ ਕਲਾਕਾਰੀ ਤਾਂ ਉਹ 2017 ਤੋਂ ਪਹਿਲਾਂ ਦੀ ਹੀ ਕਰ ਰਹੇ ਨੇ, ਪਰ ਐਨ ਜਦੋਂ ਉਹਨਾਂ ਵੱਲੋਂ ਚੋਣ ਲੜੀ ਜਾਂਦੀ ਹੈ ਅਤੇ ਉਸ ਮੌਕੇ ਤੋਂ ਬਾਅਦ ਹੀ ਕਿਉਂ ਇਸ ਤਰ੍ਹਾਂ ਦਾ ਅਟੈਕ ਹੁੰਦਾ, ਇੱਕ ਇਹ ਵੀ ਸਵਾਲ ਹੈ ਜੀ, ਅਤੇ ਨਾਲ ਦੀ ਨਾਲ ਸਵਾਲ ਬਹੁਤ ਸਾਰੇ ਨੇ ਉਹਨਾਂ ਦੀ ਜੋ ਉਹਨਾਂ ਦਾ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ, ਪਰ ਸਭ ਤੋਂ ਅਹਿਮ ਇਹ ਹੈ ਕਿ ਮਾਸਟਰ ਮਾਈਂਡ ਦਿੱਲੀ ਪੁਲਿਸ ਵੱਲੋਂ ਦੱਸਿਆ ਗਿਆ ਸੀ ਲਾਰੈਂਸ ਬਿਸ਼ਨੋਈ ਨੂੰ, ਜਿਸ ਤੋਂ ਬਾਅਦ ਹੁਣ ਟ੍ਰਾਂਜ਼ਿਟ ਰਿਮਾਂਡ 'ਤੇ ਲੈ ਕੇ ਆਈ ਆ ਪੁਲਿਸ, ਪੰਜਾਬ ਪੁਲਿਸ, ਪਰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬੇਸ਼ੱਕ ਉਹਨੂੰ ਫਰੌਤੀ ਦਿੱਤੀ ਗਈ ਹੈ ਜਾਂ ਫਿਰ ਉਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਤਲ ਦੀ, ਪਰ ਉਹਨਾਂ ਵੱਲੋਂ ਵਿੱਕੀ ਮਿੱਡੂ ਖੇੜਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਸੀ ਬਦਲਾ ਲਿਆ, ਜਦਕਿ ਜੋ ਬੰਬੀਹਾ ਗਰੁੱਪ ਹੈ ਉਹਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕੋਈ ਸੰਬੰਧ ਨਹੀਂ ਹੈ, ਉਹ ਗੈਂਗਸਟਰਾਂ ਦੇ ਨਾਲ ਹੈ ਹੀ ਨਹੀਂ ਸੀ, ਉਹ ਆਪਣੀ ਗਾਇਕੀ ਕਰ ਰਿਹਾ ਸੀ। ਪਰ ਗੱਲ ਇਹ ਵੀ ਸਾਹਮਣੇ ਆਈ ਹੈ ਜੋ ਤਰ੍ਹਾਂ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ ਸੋਸ਼ਲ ਮੀਡੀਆ ਜਾਂ ਫਿਰ ਕੋਈ ਹੋਰ ਮੀਡੀਆ, ਉਹ ਇਹ ਵੀ ਕਹਿੰਦਾ ਹੈ ਕਿ ਜੋ ਸਿੱਧੂ ਮੂਸੇਵਾਲਾ ਨੇ ਉਹ ਉਹਨਾਂ ਦੀ 2017 ਜਾਂ ਫਿਰ 18-19 ਦੇ ਵਿੱਚ ਵੀ ਜੋ ਥ੍ਰੈਟ ਕਾਲ ਹੈ ਉਹ ਲਾਰੈਂਸ ਬਿਸ਼ਨੋਈ ਵੱਲੋਂ ਗਈਆਂ ਨੇ, ਜਦਕਿ ਉਸ ਟਾਈਮ ਦੇ ਉੱਤੇ ਵਿੱਕੀ ਮਿੱਡੂ ਖੜਾ ਉਹ ਜਿਉਂਦਾ ਸੀ। ਦੇਖੋ ਜਾਤ ਜੀ, ਜੋ ਇਹ ਗਰੁੱਪ ਆਉਂਦੇ ਨੇ ਇਹ ਇੱਕ ਦੂਜੇ ਨੂੰ ਦੇਖ ਕੇ ਬਹੁਤ ਅਲਰਜੀ ਕਰਦੇ ਜੀ, ਕਿਸੇ ਦੀ ਚੜ੍ਹਦੀ ਗੁੱਡੀ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੇ। ਦੂਜਾ ਜੋ ਸਿੱਧੂ ਮੂਸੇਵਾਲਾ ਸੀ ਇਹਨੂੰ ਵੀ ਹਥਿਆਰ ਰੱਖਣ ਦਾ ਜਾਂ ਹਥਿਆਰਾਂ ਦੇ ਉੱਤੇ ਗਾਣੇ ਲਿਖਣ ਦਾ ਜਾਂ ਕਈ ਵਾਰ ਕਹਿਣਾ ਵੀ ਸਾਡੇ ਕਿਹੜਾ ਚੂੜੀਆਂ ਪਾਈਆਂ ਨੇ ਜਿਹੜਾ ਸਾਡੇ ਕੋਲ ਆਊਗਾ, ਸਾਡੇ ਕੋਲ ਵੀ ਰਿਵਾਲਵਰ ਭਰਿਆ ਰਹਿੰਦਾ, ਉਹ ਗੱਲਾਂ ਵੱਧਦੀਆਂ ਇੱਥੇ ਤੱਕ ਚਲੀ ਗਈਆਂ ਕਿ ਉਹਨਾਂ ਨੂੰ ਉਹੀ ਗੱਲਾਂ ਉਹਦੀ ਜਾਨ ਦੇ ਘਾਤਕ ਹੋਈਆਂ ਲੇਕਿਨ ਸੱਚਾਈ ਹੈ ਜਿਹੜੀ ਉਹ ਸੱਚਾਈ ਅਜੇ ਤੱਕ ਬਿਲਕੁਲ ਸਾਹਮਣੇ ਨਹੀਂ ਆਈ। ਸੱਚਾਈ ਕੀ ਹੈ ਹੁਣ ਜਿਹੜਾ ਇਹਨਾਂ ਨੇ ਰਿਮਾਂਡ ਲਿਆ ਪੰਜਾਬ ਪੁਲਿਸ ਨੇ ਕਿ ਹੁਣ ਜਿਹੜਾ ਲਾਰੈਂਸ ਬਿਸ਼ਨੋਈ ਹੈ ਕਿੰਨਾ ਕੁ ਪੁਲਿਸ ਕੋਲ ਉਗਲਦਾ,
पर पंजाब पुलिस की एक धाक रही है कि यह तो पत्थरों भी बोलन ला दी है तो लारस बिश्नोई इन्हों के सामने की है 17 तो वध केस उहदे पंजाब दे विच ने ते हिंदुस्तान दे विच भी 23 तो वध जिहड़े केस ने उत्थे ने लेकिन वह जेल च जाके समझो अपने आप को एक सेफ समझे कि सानू इत्थे कोई नहीं मारदा अजकल जेलों के भी इन्ना कुछ चल रहा है कि जिहड़ा जेलों चो ही फोन होंगे ने जेलों चो ही मैसेज मिलते हैं जेलों नाले लिंक आते हैं तो जेलों के बाकी जेड़े साढ़े विदेशों के भी नौजवान बैठे ने जेड़े इस पास एक बार पै गए ने उन्होंने भी पिछे छुटना क्यों जे वह पिछे हटते हैं तो यही ग्रुप फिर उन्होंने धमकी दिता कि असं तैनों भी सोध देंगे तैनों भी नहीं रहन देना इस करके जिदा सप्प के मूँह च पोल किली आ जाती है ना जे खाता तो कौड़ी है जे नहीं खाता कलंकी है जो एक बार कोई इन ग्रोहों के फस जाता है वह समझो उन्हें मौत का कफन अपने सिर पर बन लिया उन्हें उस पासे तुरना ही पैंदा उसका रिजल्ट है जिहड़ा वो आप सामने ही देखते हैं या जेलां ने या पुलिस की गोली है या फिर अदालतों के जो फैसले ने जो होने जी खानपुर साहब एक सवाल होर करना चाहांगे कि सिद्धू मूसेवाला दे हथियारे या फिर जिन्हां वल्लों कतल करवाया गया कि वह कदे सामने आ सकणगे क्योंकि इस तरीके दे नाल काफ़ी सारिया खबरां ने कि जिस तरीके नाल सिद्धू मूसेवाला की परसनैलिटी सी उन्हां दी परसनैलिटी भी कोई सैलीब्रिटी जो वड्डी सैलीब्रिटी सी उन्हां तो घट नहीं जेकर गल की जाए पिछले समय दे विच श्री देवी की भी टब दे विच डुबण नाल मौत एक कहा गया सी कि पर उन्हां दी मौत दा हाले तक कुछ पता नहीं लग सकिया किस तरीके दे नाल होई है उहदे उत्ते भी सस्पेंस आ हाले तक तो कई ने जो मिस्टरी बनिया ने डैथ मिस्टरी बनिया ने पर जो जिस तरीके सिद्धू मूसेवाला का मामला है कि लगता जिहड़े ये पिछे दे असल हथियारे ने असली जो कारण है वजह आ वो सामने आ पाऊगी जेकर पिछे जे आप अमर सिंह चमकीला की ही गल कर ली जाए तो उन्होंने उत्ते हमला करन दे अज तक कारणों का पता ही नहीं लग सकिया एक मिस्टरी बन गई है वो अमरता जरूर हो गए ने पर मिस्टरी बन चुकी है उन्होंने कतल की जो वारदात हैगी है देखो जार जी साढ़े हिंदुस्तान का या पंजाब का एक सुभाव है मोए नू पूजे सब दुनिया ज्यों दे दी हकीकत कुछ भी नहीं दिल करदा है दुनिया नू मैं हस के टुकर मरन तो बाद जी सो कुछ तकनीकी कारण करके जी 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 सर जी बोलिए टिक्का टिप्पणी करते रहने हैं चमकीला मारिया गया उहदे भी गाने कई इहो जिहे गाने सन जिहड़े कि उस टाइम लोकां नूं चंगे लगे इस तरह मूसेवाल दे गाणिआं वास्ते भी बड़ा विवाद चलता रहा कि इह हथियारां नूं प्रमोट करदा है AK-47 रख के करदा है चलो जी जी बड़िंग साहब समां इजाजत नहीं दिंदा समां पूरा हो चुक्या है सो बहुत वधिया तुसीं सवालां दे जवाब दित्ते बहुत वधिया एनालाइज कीता सो उहदे लई बहुत बहुत धन्यवाद बड़िंग साहब जात जी तुहाडा भी बहुत बहुत धन्यवाद वाहेगुरू जी का खालसा वाहेगुरू जी का सो ए सी खानपुर बड़िंग जी जिन्हां वल्लों वड्डियां ते अहम मसलों के उत्ते चर्चा की गई है ते विस्तार पूर्वक जानकारी दी गई है सो वधेरे अपडेट लई वधेरे होर वड्डियां जो अपडेट्स ने उन्हां दे एनालाइज लई देखदे रहो विनिंग पंजाब फिर होवांगे हाजिर